ਇਹ ਕੰਮ ਜਿਹੜਾ ਹੈ ਹਰ ਜ਼ਿਲ੍ਹੇ ਦੇ ਵਿੱਚ ਹਰ ਅਸੈਂਬਲੀ ਸੈਗਮੈਂਟ ਦੇ ਵਿੱਚ ਆਪਦੇ ਐਮ ਐਲ ਏ ਅਤੇ ਇਹਨਾਂ ਦੇ ਮੰਤਰੀਆਂ ਨੇ ਤਗੜੇ ਹੋ ਕੇ ਕੰਮ ਆਰੰਭ ਦਿੱਤਾ। ਸਾਰਿਆਂ ਨੂੰ ਪਹਿਲੇ ਤਾਂ ਮੈਂ ਭਗਵੰਤ ਸਿੰਘ ਮਾਨ ਨੂੰ ਇਹ ਗੱਲ ਕਹਾਂਗਾ, ਭਗਵੰਤ ਮਾਨ ਜੀ ਇਹ ਹੁਣ ਖੱਬੇ ਸੱਜਿਆ ਨਹੀਂ ਹੋਇਆ ਜਾਣਾ, ਜਿਹੜਾ ਤੁਹਾਡਾ ਐਮ ਐਲ ਏ ਕੱਲ੍ਹ ਅਮਿਤ ਰਤਨ ਬਠਿੰਡੇ ਰੂਰਲ ਦਾ, ਉਹਨਾਂ ਨੇ ਦਿਨ ਦਿਹਾੜੇ ਜਿਹੜੀ ਡਕੇਟੀ ਮਾਰੀ ਹੈ ਬਠਿੰਡੇ ਸਰਕਟ ਹਾਊਸ ਬੈਠ ਕੇ, ਸਰਕਟ ਹਾਊਸ ਗਵਰਨਮੈਂਟ ਦਾ ਰੈਸਟ ਹਾਊਸ, ਉਹਦੇ ਵਿੱਚ ਬੈਠ ਕੇ ਜਿਹੜਾ ਘੁੱਦੇ ਦਾ ਸਰਪੰਚ ਹੈ, ਸਰਪੰਚ ਨਹੀਂ ਉਹਦੇ ਹਸਬੈਂਡ ਨੇ, ਸਾਰੇ ਹੀ ਲਾਈਵ ਹੋ ਕੇ ਸਾਰੇ ਆਦਮੀਆਂ ਨੂੰ ਬਕਾਇਦਾ ਤੌਰ ਬਿਆਨ ਦਿੱਤਾ ਕਿ ਕਿਸ ਤਰ੍ਹਾਂ ਕਿੰਨੇ ਮਹੀਨਿਆਂ ਦੇ ਸਾਰੇ ਹੀ ਪੰਜਾਬ ਦੇ ਵਿੱਚ ਪਿੰਡਾਂ ਦੇ ਕੰਮ ਬੰਦ ਹੋਏ ਸਨ। ਇਹ ਮੈਂ ਤੁਹਾਨੂੰ ਕਹਿਣਾ ਇਹ ਚਾਹੁੰਦਾ ਕਿ ਇਹ ਇਹ ਜੋ ਕੁਝ ਘੁੱਦੇ ਦੇ ਸਰਪੰਚ ਨਾਲ ਹੋਇਆ, ਇਹ ਸਮੁੱਚੇ ਪੰਜਾਬ ਦੇ ਹਰ ਕੌਂਸਟੀਟੂਐਂਸੀ ਦੇ ਹਰ ਪਿੰਡ ਦੇ ਵਿੱਚ ਬੀ ਡੀ ਓ ਬਲੋਕ, ਬੀ ਡੀ ਓਸ, ਸੈਕਟਰੀਸ, ਇਹਨਾਂ ਦੇ ਫਿਰ ਉੱਤੇ ਡੀ ਡੀ ਪੀ ਓਸ, ਫਿਰ ਇਹਨਾਂ ਦੇ ਏ ਡੀ ਸੀ ਡਿਵੈਲਪਮੈਂਟ, ਅਤੇ ਬਕਾਇਦਾ ਤੌਰ ਪੰਚਾਇਤੀ ਰਾਜ ਦਾ ਜਿਹੜਾ ਡਿਪਾਰਟਮੈਂਟ ਹੈ, ਇਹ ਰਲ ਕੇ ਇਹਨਾਂ ਦੀ ਕੋਸ਼ਿਸ਼ ਹੈ ਕਿ ਓਪੋਜੀਸ਼ਨ ਦੇ ਸਰਪੰਚਸ ਨੂੰ ਪੰਚਸ ਨੂੰ ਤੋੜਿਆ ਜਾਏ, ਪ੍ਰੈਸ਼ਰ ਬਣਾਇਆ ਜਾਏ। ਇਹ ਨਾ ਕਿਤੇ ਗਲਤ ਫਹਿਮੀ ਸੋਚ ਲੈਣ ਕਿ ਕੱਲ੍ਹ ਪੀ ਏ ਫੜ ਲਿਆ ਅਤੇ ਐਮ ਐਲ ਏ ਬਚ ਜਾਏ, ਐਮ ਐਲ ਏ ਨੂੰ ਤਾਂ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਨਾ ਹੀ ਪਏਗਾ, ਨਹੀਂ ਤਾਂ ਸਾਨੂੰ ਐਜ਼ ਮੇਨ ਓਪੋਜੀਸ਼ਨ ਪਾਰਟੀ ਕਿਸੇ ਹੱਦ ਤੱਕ ਜਾਣਾ ਪਏ। ਜਿਸ ਤਰ੍ਹਾਂ ਸਰਾਰੀ ਅਲਟੀਮੇਟਲੀ ਇਹਨਾਂ ਨੂੰ ਉਹਦੇ ਕੋਲ ਅਸਤੀਫਾ ਲੈਣਾ ਪਿਆ, ਅਜੇ ਸਰਾਰੀ ਦੇ ਦੁਆਲੇ ਵੀ ਅਸੀਂ ਹੋਣਾ, ਅਜੇ ਵਿਜੇ ਸਿੰਗਲੇ ਦੇ ਦੁਆਲੇ ਵੀ ਹੋਣਾ, ਗ੍ਰਿਫਤਾਰੀ ਇਹਨਾਂ ਦੀ ਅਜੇ ਵਿਜੇ ਸਿੰਗਲਾ 'ਤੇ ਚਲੋ ਦੋ ਚਾਰ ਮਹੀਨੇ ਜੇਲ੍ਹ ਕੱਟ ਆਇਆ, ਅਜੇ ਸਰਾਰੀ ਨਹੀਂ ਗਿਆ, ਕੇਸ ਰਜਿਸਟਰ ਨਹੀਂ ਹੋਇਆ। ਇਸ ਤਰ੍ਹਾਂ ਹੀ ਇਹ ਜਿਹੜਾ ਐਮ ਐਲ ਏ ਹੈ, ਕਿਉਂਕਿ ਅੰਦਰ ਬੈਠ ਕੇ ਰੈਸਟ ਹਾਊਸ ਦੇ ਵਿੱਚ ਇਹਨਾਂ ਦੀ ਗੱਲ ਹੋਈ ਹੈ, ਸਰਪੰਚ ਉਹਦੇ ਪੇਸ਼ ਹੋਇਆ, 5 ਲੱਖ ਦੀ ਗੱਲ ਮੁੱਕੀ ਹੈ, ਉਹਨੇ ਬਕਾਇਦਾ ਤੌਰ ਪੁੱਛਿਆ ਸਮਾਨ ਲਏ ਹੈ, ਉਹਨੇ ਕਿ ਜੀ ਆ ਗਿਆ, ਉਹਨੇ ਕਿਹਾ ਫਿਰ ਆ ਮੇਰਾ ਜਿਹੜਾ ਪੀ ਏ ਰਸ਼ਮ ਗਰਗ ਇਹਨੂੰ ਫੜਾ ਦੇ। ਪੀ ਏ ਕਹਿੰਦਾ ਆ ਜਾਓ ਬਾਹਰ ਆ ਜਾਓ, ਆਪਣੀ ਗੱਡੀ ਵਿੱਚੋਂ ਪੈਸੇ ਲੈ ਕੇ, ਉਹਨੇ ਸਟ੍ਰੈਪ ਵਿਜੀਲੈਂਸ ਤਾਂ ਲੱਗਾ ਸੀ, ਬਟ ਵਿਜੀਲੈਂਸ ਨੇ ਅੱਧਾ ਕੰਮ ਕੀਤਾ। ਫਿਰ ਸਾਡੇ ਕੋਲ ਇਹ ਵੀ ਵੀਡੀਓ ਹੈ ਜਿਹੜੀ ਸਾਰੇ ਪਬਲਿਕ ਡੋਮੇਨ ਦੇ ਵਿੱਚ ਹੈ, ਜਿਸ ਵੀਡੀਓ ਦੇ ਵਿੱਚ ਐਮ ਐਲ ਏ ਜਦੋਂ ਵਿਜੀਲੈਂਸ ਅੰਦਰ ਐਂਟਰ ਹੁੰਦੀ ਹੈ, ਜਦੋਂ ਪੀ ਏ ਅਤੇ ਐਮ ਐਲ ਏ ਬੈਠਾ, ਐਮ ਐਲ ਏ ਪੁੱਛਦਾ ਕਿ ਆਪਣਾ ਆਈਡੈਂਟੀ ਕਾਰਡ ਦੱਸੋ ਤੁਸੀਂ ਆਏ ਕੌਣ, ਅਤੇ ਉਸ ਤੋਂ ਬਾਅਦ ਜਦੋਂ ਸਾਰਾ ਕੁਝ ਜੱਗ ਜ਼ਾਹਰ ਹੋ ਗਈ ਹੈ ਸਾਰੀ ਗੱਲ, ਫਿਰ ਤੁਸੀਂ ਸਰਕਟ ਹਾਊਸ ਦੀਆਂ ਲਾਈਟਾਂ ਬੰਦ ਕਰ ਦਿਓ, ਕਿਉਂਕਿ ਉੱਥੇ ਪੁਰਾਣੇ ਐਮ ਐਲ ਏ ਜਿਹੜੇ ਨੇ ਸਿੰਗਲਾ, ਸਰੂਪ ਚੰਦ ਸਿੰਗਲਾ ਉੱਥੇ ਪਹੁੰਚ ਜਾਂਦੇ ਆਪਣੇ ਸਪੋਰਟਰਸ ਦੇ ਨਾਲ, ਰੌਲੇ ਰੱਪੇ ਦਾ ਡਰ ਹੁੰਦਾ ਕਿ ਘੇਰਾਬੰਦੀ ਨੇ ਇੱਥੇ ਕਿਤੇ ਹੋ ਜਾਏ, ਲਾਈਟਾਂ ਬੰਦ ਕਰਕੇ ਪਿਛਲੇ ਦਰਵਾਜ਼ੇ ਪੁਲਿਸ ਕੱਢਦੀ ਐਮ ਐਲ ਏ ਨੂੰ, ਐਮ ਐਲ ਏ ਦੀ ਗੱਡੀ ਉੱਥੇ ਹੀ ਖਲੋਤੀ, ਐਮ ਐਲ ਏ ਨੂੰ ਪਿਛਲੇ ਦਰਵਾਜ਼ੇ ਥਾਣੀ ਕੱਢਿਆ ਜਾਂਦਾ। ਇਹ ਕਹਿੰਦੇ ਸੀ ਬੜੀ ਕੱਟੜ ਇਮਾਨਦਾਰ ਜਮਾਤ ਆ। ਮੈਂ ਤਾਂ ਇੱਕ ਇਹਨਾਂ ਨੂੰ ਵੇਖੋ, ਇੱਕ ਹੋਰ ਵੀ ਗੱਲ ਸਮਝ ਲਓ, ਇਹਨਾਂ ਦਾ ਬਹੁਤ ਭਾਰੀ ਇੰਟਰਨਲ ਕੰਫਲਿਕਟ ਚੱਲ ਰਿਹਾ ਆਪਦੇ ਵਿੱਚ। ਇਹ ਜਿਹੜਾ ਅਮਿਤ ਰਤਨ ਹੈ, ਜੋ ਸਾਨੂੰ ਪਤਾ ਲੱਗਾ ਜਦੋਂ ਇਹਨੂੰ ਟਿਕਟ ਮਿਲੀ ਹੈ, ਇਹਨੇ ਪਾਰਟੀ ਜਿਹੜੀ ਦਿੱਲੀ ਦੀ ਹਾਈ ਕਮਾਂਡ ਹੈ, ਇੱਕ ਜਿਹੜਾ ਰੀਜੈਂਟ ਇਹਨਾਂ ਨੇ ਪੰਜਾਬ 'ਚ ਲਾਇਆ, ਉਹਦੇ ਆਸ਼ੀਰਵਾਦ ਨਾਲ ਇਹਨੂੰ ਟਿਕਟ ਮਿਲੀ। ਤੁਹਾਨੂੰ ਪਤਾ ਹੀ ਆਪ ਨੂੰ ਟਿਕਟਾਂ ਕਿਸ ਤਰ੍ਹਾਂ ਮਿਲਦੀਆਂ, ਸਾਰਿਆਂ ਨੂੰ ਪਤਾ, ਕਿਸੇ ਨੂੰ ਓਹਲਾ ਨਹੀਂ ਰਹਿ ਗਿਆ। ਇਹਨਾਂ ਦਾ ਫਾਰਮੂਲਾ ਟਿਕਟਾਂ ਦਾ ਤੁਹਾਡੇ ਸਾਹਮਣੇ ਆ ਚੁੱਕਿਆ। ਸਰਾਰੀ ਨੂੰ ਵੀ ਦਿੱਲੀ ਵਾਲੀ ਲੀਡਰਸ਼ਿਪ ਬਚਾਉਣ ਦੀ ਕੋਸ਼ਿਸ਼ ਕਰਦੀ, ਕੋ ਕੱਢਣ ਦੀ ਕੋਸ਼ਿਸ਼ ਕਰ, ਤਾਂ ਇਹਦੇ ਡਿਲੇ ਹੋਈ। ਹੁਣ ਇਹਦੇ ਵਿੱਚ ਸੇਮ ਉਹੀ ਕਨਫਲਿਕਟ ਆ ਗਿਆ। ਹੋ ਸਕਦਾ ਕੱਲ੍ਹ ਵਿਜੀਲੈਂਸ ਇਹਦੀ ਗ੍ਰਿਫਤਾਰੀ ਕਰ ਲੈਂਦੀ, ਬਟ ਜਿਹੜਾ ਕਸ਼ਮਾਕਸ਼ ਆਇਆ, ਟੈਲੀਫੋਨ ਦਿੱਲੀ ਤੋਂ ਆਏ ਨੇ, ਇਹਦੀ ਗ੍ਰਿਫਤਾਰੀ ਰੋਕ ਲਈ ਗਈ। ਮੈਂ ਭਗਵੰਤ ਮਾਨ ਨੂੰ ਇਹ ਗੱਲ ਦੀ ਬਕਾਇਦਾ ਤੌਰ ਇਹ ਗੱਲ ਕਹਿਣਾ ਚਾਹੁੰਦਾ ਸਾਫ਼ ਤੌਰ ਕਿ 3 ਮਾਰਚ ਤੋਂ ਤੁਸੀਂ ਸੈਸ਼ਨ ਸੱਦ ਲਿਆ, ਅਤੇ ਸਾਰਿਆਂ ਨਾਲੋਂ ਪਹਿਲੇ ਚੰਗੇ ਰਹੋਗੇ ਜੇ ਇਮਾਨਦਾਰੀ ਦੇ ਨਾਲ ਇਸ ਐਮ ਐਲ ਏ ਦੀ ਗ੍ਰਿਫਤਾਰੀ ਕਰ ਲਓ, ਨਹੀਂ ਤਾਂ ਫਿਰ ਇਹੀ ਰਾਮ ਰੌਲਾ ਪੈਣਾ।
देश दुनिया की तमाम खबरों नाल जुड़े रहने लिए सबसक्राइब करो यूट्यूब ते सच कहूं पंजाबी चैनल। इस दे नाल ही बैल आइकन दब के पाओ लेटेस्ट अपडेट सब तो पहला।